ਸਭ ਤੋਂ ਪਹਿਲਾਂ ਤਾਂ ਪੰਜਾਬੀ ਮਾਨਿਆਂ ਦੀ ਪੂਰੀ ਟੀਮ ਦਾ ਥੈਂਕਸ ਕਰਦਾ ਜੀ, ਤੁਸੀਂ ਹਮੇਸ਼ਾ ਸਾਡੀਆਂ ਫਿਲਮਾਂ ਨੂੰ ਪ੍ਰਮੋਟ ਕੀਤਾ ਤੇ ਬਾਕੀ ਦਰਸ਼ਕਾਂ ਲਈ ਮੇਰਾ ਇਹ ਮੈਸੇਜ ਹੈ, ਤੁਸੀਂ ਜੋ ਸਵਾਲ ਪੁੱਛਿਆ ਐਕਚੁਅਲੀ ਉਹਦਾ ਆਨਸਰ ਹੈ ਕਿ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕੁਛ ਨਾ ਕੁਛ ਨਵਾਂ ਲੈ ਕੇ ਆਵਾਂ। ਮੈਨੂੰ ਟਾਈਮ ਲੱਗਦਾ, ਫਿਲਮ ਮੇਰੀ ਸਾਲ ਡੇਢ ਸਾਲ ਬਾਅਦ ਆਉਂਦੀ ਹੈ, ਟਾਈਮ ਲੱਗਦਾ ਇੱਕ ਵੱਖਰਾ ਕੰਸੈਪਟ ਲਿਆਉਣ ਵਾਸਤੇ। ਜਿਵੇਂ ਕਿ ਜਿਹੜੀ ਪਿਛਲੀ ਫਿਲਮ ਸੀਗੀ ਮਿਸਟਰ ਮਿਸਿਸ 420, ਉਸ ਟਾਈਮ ਕੋਮੇਡੀ ਫਿਲਮਾਂ ਬਹੁਤ ਆ ਰਹੀਆਂ ਸੀਗੀਆਂ, ਚੱਲ ਨਹੀਂ ਸੀ ਰਹੀਆਂ। ਉਸ ਟਾਈਮ ਇੱਕ ਨਵਾਂ ਕੰਸੈਪਟ ਆਇਆ ਸੀ, ਮੁੰਡੇ ਕੁੜੀਆਂ ਬਣੇ ਹੋਏ ਨੇ, ਜਿਹਦੇ 'ਚ ਬੀਨੂ ਭਾਜੀ ਅਤੇ ਬੱਬਲ ਰਾਏ ਨੇ ਕੁੜੀਆਂ ਦਾ ਰੋਲ ਕੀਤਾ ਸੀਗਾ। ਲੋਕਾਂ ਨੂੰ ਇੱਕ ਵੱਖਰੀ ਫਿਲਮ ਲੱਗੀ, ਲੋਕਾਂ ਨੇ ਬਹੁਤ ਪਿਆਰ ਦਿੱਤਾ ਫਿਲਮ ਨੂੰ। ਉਸ ਤੋਂ ਬਾਅਦ ਮੇਰੇ ਵਾਸਤੇ ਉਹ ਚੈਲੇਂਜ ਹੈ ਕਿਉਂਕਿ ਫਿਲਮ ਇੰਨੀ ਐਪਰੀਸ਼ੀਏਟ ਹੋਈ। ਫਿਰ ਇੱਕ ਚੈਲੇਂਜ ਸੀਗਾ ਜਿਹੜੀ ਅਗਲੀ ਕਾਮੇਡੀ ਆਊਗੀ ਉਹ ਕੀ ਆਊਗੀ। ਜਿਵੇਂ ਹੁਣ ਤੁਸੀਂ ਟ੍ਰੇਲਰ 'ਚ ਦੇਖਿਆ ਹੀ ਹੋਏਗਾ ਵੇਖ ਬਰਾਤਾਂ, ਤਾਂ ਆਪਣੇ ਆਪ 'ਚ ਹੀ ਲੱਗਦੀ ਹੈ ਕਿ ਇੱਕ ਵੱਖਰੀ ਜਿਹੀ ਫਿਲਮ ਹੈ। ਔਰ ਮੇਰਾ ਇਹ ਪ੍ਰੋਮਿਸ ਹੈ ਕਿ ਵਾਕਈ ਇੱਕ ਡਿਫਰੈਂਟ ਕੰਸੈਪਟ ਹੈ। ਪਹਿਲੀ ਵਾਰੀ ਇੱਕ ਪੰਜਾਬੀ ਫਿਲਮ ਦੇ 'ਚ ਹਰਿਆਣਵੀ ਲੈਂਗੁਏਜ ਵੀ ਅਸੀਂ ਨਾਲ ਲੈ ਕੇ ਆਏ ਹਾਂ, ਕਿਉਂਕਿ ਸਾਡਾ ਕਲਚਰ ਤਾਂ ਬਹੁਤ ਉਹਨਾਂ ਨਾਲ ਮਿਲਦਾ ਹੈ ਨਾ, ਅਤੇ ਸਾਂਝਾਂ ਵੀ ਬਥੇਰੀਆਂ ਨੇ ਆਪਾਂ ਫਿਲਮਾਂ 'ਚ। ਪਾਕਿਸਤਾਨ ਵਾਲਾ ਕਲਚਰ ਤਾਂ ਬਹੁਤ ਖਾਸ, ਪਰ ਇੱਕ ਗੁਆਂਢ ਇੱਧਰ ਵੀ ਹੈਗਾ ਸਾਡੇ ਹਰਿਆਣਾ, ਜਿਨ੍ਹਾਂ ਨਾਲ ਸਾਡੀ ਬਹੁਤ ਸਾਂਝ ਹੈ। ਤਾਂ ਜਿਵੇਂ ਟ੍ਰੇਲਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਗਾ, ਵੱਖਰੀ ਫਿਲਮ ਹੈਗੀ ਹੋਈ ਹੈ ਜੀ। ਔਰ ਪੋਲੀਵੁੱਡ ਦੇ ਬਾਲੀਵੁੱਡ ਦੇ ਐਕਟਰਸ ਪਹਿਲੀ ਵਾਰੀ ਕਿਸੇ ਪੰਜਾਬੀ ਫਿਲਮ 'ਚ ਇਕੱਠੇ ਕੰਮ ਕਰ ਰਹੇ ਨੇ। ਇਹ ਜਿੰਨੇ ਵੱਡੇ ਐਕਟਰ ਨੇ ਉਨੇ ਹੀ ਡਾਊਨ ਟੂ ਅਰਥ ਐਜ਼ ਹਿਊਮਨ ਨੇ। ਤਾਂ ਬੀਨੂ ਭਾਜੀ ਨਾਲ ਮੈਂ ਇਸ ਤੋਂ ਪਹਿਲੇ ਕਰ ਚੁੱਕਿਆ ਜੱਟ ਸਿੰਘ ਗੋਲਮਾਲ, ਮਿਸਟਰ ਮਿਸਿਸ 420 ਕਰ ਚੁੱਕਿਆ ਸੀਗਾ, ਉਹਨਾਂ ਨਾਲ ਟਿਊਨਿੰਗ ਬਹੁਤ ਜ਼ਿਆਦਾ ਮੇਰੀ। ਅਤੇ ਕਵਿਤਾ ਜੀ ਨਾਲ ਪਹਿਲੀ ਵਾਰੀ ਕੀਤਾ ਸੀਗਾ। ਹਾਂ, ਮੈਨੂੰ ਇਹ ਸੀਗਾ ਵੀ ਕਿਸ ਤਰ੍ਹਾਂ ਦੀ ਨੇਚਰ ਹੋਏਗੀ, ਔਰ ਗੋਬਿੰਦ ਨਾਮਦੇਵ ਜੀ ਜਿਨ੍ਹਾਂ ਨੇ ਇੰਨੇ ਇੰਨੇ ਵੱਡੇ ਬੈਨਰ 'ਚ ਕੰਮ ਕੀਤਾ, ਉਹਨਾਂ ਨਾਲ ਥੋੜ੍ਹਾ ਜਿਹਾ ਇੱਕ ਮਾਇੰਡ 'ਚ ਸੀਗਾ ਵੀ ਕਿਵੇਂ ਟੈਕਲ ਕਰੂੰਗਾ ਉਹਨਾਂ ਨੂੰ। ਅਤੇ ਬਟ ਸਾਰੇ ਇੰਨੇ ਵਧੀਆ ਹਿਊਮਨ ਸੀਗੇ, ਔਰ ਉਹਨਾਂ ਨੇ ਲੈਂਗੁਏਜ ਕਲਚਰ ਨੂੰ ਇੰਨੀ ਛੇਤੀ ਅਡੋਪਟ ਕਰ ਲਿਆ। ਪਹਿਲੀ ਵਾਰੀ ਪੰਜਾਬੀ ਫਿਲਮ ਕਰ ਰਹੇ ਸੀਗੇ, ਜਿਵੇਂ ਇੱਕ ਸਾਡਾ ਸਟਾਈਲ ਹੈ ਉਹਦੇ 'ਚੋਂ ਬਹੁਤ ਜਲਦੀ ਅਡੋਪਟ ਉਹਨਾਂ ਨੇ ਕਰ ਲਿਆ ਉਸਨੂੰ, ਹੈ ਨਾ, ਬਹੁਤ ਜਲਦੀ ਮਿਕਸ ਹੋ ਗਏ ਸਾਡੇ 'ਚ, ਤਾਂ ਉਲਟਾ ਜ਼ਿਆਦਾ ਮਜ਼ਾ ਆਇਆ ਫਿਲਮ ਕਰਕੇ। ਐਕਸਪੀਰੀਅੰਸ ਇਹ ਸੀਗਾ ਜੀ, ਜਿਸ ਦਿਨ ਕੁੱਤੇ ਦੇ ਨਾਲ ਵਿਆਹ ਸੀਗਾ ਬੀਨੂ ਭਾਜੀ ਦਾ, ਉਹ ਸਭ ਤੋਂ ਵਧੀਆ ਉਹ ਸੀਗਾ, ਕਿਉਂਕਿ ਫੇਰੇ ਲੈਣੇ ਸੀਗੇ ਉਹ ਸਾਰਾ, ਜਿਵੇਂ ਕਿ ਫਿਲਮ 'ਚ ਦਿਖਾਇਆ ਵੀ ਪੂਰਾ ਵਿਧੀ ਵਿਧਾਨ ਸੇ ਪੰਡਿਤ ਕਹਿੰਦਾ ਕਿ ਸ਼ਾਦੀ ਕਰਨੀ ਪੜੇਗੀ ਆਪਕੋ, ਉਹਦੇ ਨਾਲ ਕੀਤਾ ਸੀਗਾ। ਤਾਂ ਉਹ ਕੁੱਤੇ ਦੇ ਨਾਲ ਫੇਰੇ ਜਿਹੜੇ ਰਿਚੁਅਲ ਸੀਗੇ, ਉਹਦੀ ਮਾਂਗ 'ਚ ਸੰਧੂਰ ਪਾਉਣਾ, ਵਰਦ ਵਧੂ 'ਚ ਹੱਥ ਦੇਣਾ, ਉਹ ਮਤਲਬ ਇੰਨਾ, ਸਾਰੇ ਟੈਕਨੀਸ਼ੀਅਨ ਵੀ ਇੰਨਾ ਹੱਸ ਰਹੇ ਸੀ, ਸਾਨੂੰ ਦੁਬਾਰਾ ਦੁਬਾਰਾ ਰੀਸ਼ੂਟ ਆਪਣੇ ਕਰਕੇ ਕਰਨਾ ਪੈ ਰਿਹਾ ਸੀਗਾ। ਕਵਰੀ ਤਾਂ ਹੁੰਦਾ ਨਾ ਵੀ ਆਡੀਅੰਸ ਉੱਥੇ ਜਾਂ ਜਿਹੜੇ ਦੇਖ ਰਹੇ ਨੇ ਉਹ ਸ਼ੋਰ ਸ਼ਰਾਬਾ ਕਰ ਰਹੇ ਨੇ, ਜਾਂ ਕਿਤੇ ਡੌਗੀ ਦੀ ਗਲਤੀ ਹੈ, ਉਹਦੀ ਗਲਤੀ ਨਹੀਂ ਸੀ ਕੋਈ ਵੀ, ਉਹ ਅਸੀਂ ਇੰਨਾ ਹੱਸ ਰਹੇ ਸੀ, ਹੱਸ ਹੱਸ ਕੇ ਬੁਰਾ ਹਾਲ ਹੋ ਰਿਹਾ ਸੀਗਾ ਕਿ ਉਹ ਪੂਰਾ ਦਿਨ ਲੱਗ ਗਿਆ ਸਾਨੂੰ। ਐਕਚੁਲੀ ਨਾ ਮੈਨੂੰ ਬੜੇ ਦਰਸ਼ਕਾਂ ਦੇ ਮੈਸੇਜ ਆਏ ਨੇ ਫੇਸਬੁੱਕ 'ਤੇ ਜਾਂ ਹੋਰ ਸੋਸ਼ਲ ਸਾਈਟਸ 'ਤੇ, ਉਹ ਆਪ ਕਹਿੰਦੇ ਨੇ ਕਿ ਭਾਜੀ ਤੁਸੀਂ ਇਹੋ ਜਿਹੀ ਫਿਲਮ ਬਣਾਈ ਹੈ ਜਿਹੜੀ ਆਪਣੇ ਆਪ 'ਚ ਹੀ ਕਹਿੰਦੇ ਕਿ ਨਾ ਦੇਖ ਕੇ ਦਿਖਾਓ ਇਹਨੂੰ, ਹੈ ਨਾ, ਕਿ ਫਿਲਮ ਦਾ ਟ੍ਰੇਲਰ ਕਹਿੰਦਾ ਨਾ ਦੇਖ ਕੇ ਦਿਖਾਓ। ਤਾਂ ਟ੍ਰੇਲਰ ਹਿੱਟ ਹੈਗਾ, ਲੋਕਾਂ ਨੇ ਪਸੰਦ ਕੀਤਾ ਬਹੁਤ ਜ਼ਿਆਦਾ। ਮੈਂ ਹੁਣ 2-3 ਦਿਨਾਂ ਤੋਂ ਜਿਵੇਂ ਵੀ ਦੇਖ ਰਿਹਾ ਸੀ, ਪੂਰੇ ਪੰਜਾਬ 'ਚ ਘੁੰਮ ਰਿਹਾ, ਛੋਟੇ ਛੋਟੇ ਬੱਚੇ ਸਾਰੇ ਹੀ ਕਹਿੰਦੇ ਕਿ ਤਾਂ ਫਿਲਮ ਜ਼ਰੂਰ ਦੇਖਣੀ ਵੇਖ ਬਰਾਤਾਂ 'ਚਲੀਆਂ। ਬਾਹਰੋਂ ਵੀ ਬਹੁਤ ਮੈਸੇਜ ਫੋਨ ਆਉਂਦੇ ਨੇ ਬੀਨੂ ਭਾਜੀ ਨੂੰ, ਅਮਰਿੰਦਰ ਭਾਜੀ, ਤਾਂ ਜੋ ਫੀਡਬੈਕ ਸਾਨੂੰ ਇਹ ਮਿਲ ਰਿਹਾ ਵੀ ਲੋਕ ਕਹਿੰਦੇ ਨੇ ਫਿਲਮ ਦੇਖਣੀ ਜ਼ਰੂਰ ਹੈ। ਤਾਂ ਬਾਕੀ ਜੇ ਕਿਉਂ ਦੇਖਣੀ ਚਾਹੀਦੀ, ਰਿਕੁਐਸਟ ਕਰਾਂਗੇ ਜੀ, ਬੜੀ ਮਿਹਨਤ ਦੇ ਨਾਲ ਫਿਲਮ ਬਣਾਈ ਹੈ, ਪ੍ਰੋਡਿਊਸਰਾਂ ਦੀ ਮਿਹਨਤ ਹੈ, ਸਾਰੇ ਐਕਟਰਾਂ ਨੇ ਬਹੁਤ ਵਧੀਆ ਕੰਮ ਕੀਤਾ, ਔਰ ਵੱਡੇ ਬਜਟ ਦੀ ਫਿਲਮ ਬਣੀ ਹੈ, ਕੋਈ ਕੰਪਰੋਮਾਈਜ਼ ਨਹੀਂ। ਜੇ ਹਰਿਆਣੇ ਦਾ ਕੋਈ ਪਿੰਡ ਚਾਹੀਦਾ ਸੀ ਤਾਂ ਉਹ ਫਿਲਮ ਹਰਿਆਣੇ ਜਾ ਕੇ ਹੀ ਉਹ ਫਿਲਮਾਏ ਗਏ ਨੇ। ਐਂ ਨਹੀਂ ਸੀਗਾ ਕਿ ਚਲੋ ਇੱਥੇ ਹੀ ਹਰਿਆਣਾ ਦਿਖਾ ਦਿਓ, ਵੀ ਉਹਨਾਂ ਦੇ ਵੀ ਘਰ ਤਾਂ ਇੱਦਾਂ ਦੇ ਹੁੰਦੇ, ਕੋਈ ਚੀਟਿੰਗ ਨਹੀਂ ਕੀਤੀ ਇਹਦੇ 'ਚ। ਉਹ ਤੁਸੀਂ ਦੇਖੋਗੇ ਪਹਿਲੀ ਵਾਰੀ ਕਿਸੇ ਫਿਲਮ ਦੇ ਵਿੱਚ ਤੁਹਾਨੂੰ ਹਰਿਆਣਾ ਪੰਜਾਬ ਦਾ ਕਲਚਰ ਦੇਖਣ ਨੂੰ ਮਿਲੇਗਾ, ਦੋ ਲੈਂਗੁਏਜ ਜਿਹੜੀਆਂ ਸੀਗੀਆਂ ਉਹ ਇੰਜੋਏ ਕਰੋਗੇ ਤੁਸੀਂ, ਉਹ ਹਿਊਮਰ ਜਿਹੜਾ ਹਰਿਆਣੇ ਦਾ ਪਹਿਲੀ ਵਾਰੀ ਕਿਸੇ ਪੰਜਾਬੀ ਫਿਲਮ 'ਚ ਦੇਖਣ ਨੂੰ ਮਿਲੇਗਾ। ਸਾਡੀ ਅਗਲੀ ਫਿਲਮ ਆ ਰਹੀ ਹੈ ਜੀ 6 ਅਕਤੂਬਰ ਨੂੰ, ਬਾਈਲਾਰਸ। ਉਹ ਬਿਲਕੁਲ, ਕਿਉਂਕਿ ਹੁਣ ਇਸ ਤੋਂ ਬਾਅਦ ਇੱਕ ਹੋਰ ਚੈਲੇਂਜ ਸੀਗਾ, ਤਾਂ 6 ਅਕਤੂਬਰ ਨੂੰ ਫਿਲਮ ਆ ਰਹੀ, ਉਹਦੇ ਬਾਰੇ ਮੈਂ ਜ਼ਿਆਦਾ ਤਾਂ ਨਹੀਂ ਦੱਸ ਸਕਦਾ। ਹੁਣ ਫਿਲਮ ਦਾ ਵਧੀਆ ਬਣੀ ਹੈ ਜੀ, ਉਹ ਵੀ ਇੱਕ ਹਟਕੇ ਜਿਹਾ ਕਰੈਕਟਰ ਸੀਗਾ ਉਹਦਾ ਵੀ, ਉਹ ਕੰਸੈਪਟ ਮੈਨੂੰ ਜਸ ਗਰੇਵਾਲ ਹੈ ਜਿਨ੍ਹਾਂ ਨੇ ਬੰਬੂ ਕਾਟ, ਰੱਬ ਦਾ ਰੇਡੀਓ, ਜੱਟ ਜੇਮਸ ਬੌਂਡ, ਹੈ ਨਾ, ਫਿਲਮਾਂ ਲਿਖੀਆਂ ਨੇ। ਔਰ ਡਬਿੰਗ ਦੇ ਵਿੱਚ ਜਦੋਂ ਉਹਨਾਂ ਨੇ ਮੈਨੂੰ ਕੰਸੈਪਟ ਸੁਣਾਇਆ, ਮੇਰੇ ਦਿਲ ਨੂੰ ਬਹੁਤ ਟੱਚ ਕੀਤਾ। ਬੀਨੂ ਭਾਅ ਜੀ ਨੇ ਆਪਣਾ ਹੋਮ ਪ੍ਰੋਡਕਸ਼ਨ ਸ਼ੁਰੂ ਕਰਨਾ ਸੀਗਾ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਭਾਅ ਜੀ ਆਹ ਸਬਜੈਕਟ ਬਹੁਤ ਵਧੀਆ, ਪਹਿਲੀ ਵਾਰੀ ਸੁਣਿਆ, ਇੰਨਾ ਕੁ ਵਧੀਆ ਲੱਗਿਆ। ਤਾਂ ਇਹਨਾਂ ਨੇ ਫਿਰ ਡਿਸਾਈਡ ਕੀਤਾ ਕਿ ਠੀਕ ਹੈ, ਜੇ ਤੁਹਾਨੂੰ ਲੱਗਦਾ ਤਾਂ ਆਪਾਂ ਕਰਦੇ ਹਾਂ। ਬਹੁਤ ਸੋਹਣੀ ਫਿਲਮ ਬਣੀ ਹੈ ਜੀ, ਉਹ ਵੀ ਤੁਹਾਨੂੰ ਬੀਨੂ ਭਾਅ ਜੀ ਅੱਡੋ ਦੇ 'ਚ ਦੇਖਣ ਨੂੰ ਮਿਲਣਗੇ, ਇੱਕ ਵੱਖਰੇ ਉਹਦੇ 'ਚ ਰੋਲ ਦੇ ਵਿੱਚ ਦੇਖਣ ਨੂੰ ਮਿਲਣਗੇ, ਤੁਸੀਂ ਇੰਜੋਏ ਕਰੋਗੇ। ਬਾਈ ਲਾਰਸ, ਥੈਂਕ ਯੂ।